ਹੈਲੋ ਬੱਚੋ, ਇਸ ਐਪੀਸੋਡ ਵਿੱਚ ਤੁਸੀਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਬਾਰੇ ਜਾਣੋਗੇ ਅਤੇ ਇਸ ਆਰਗੇਨਾਈਜੇਸ਼ਨਸ ਦੇ ਅਕਾਊਂਟਸ ਬਾਰੇ ਜਾਣਕਾਰੀ ਵੀ ਹਾਸਲ ਕਰੋਗੇ। ਆਓ ਦੇਖੀਏ ਕਿ ਇਸ ਟਰਮ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਕੀ ਮਤਲਬ ਹੈ। ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਅਜਿਹੀਆਂ ਐਂਟਰਪ੍ਰਾਈਜ਼ਸ ਅਤੇ ਇੰਸਟੀਟਿਊਸ਼ਨਸ ਹਨ ਜੋ ਕਿ ਸੋਸ਼ਲੀ ਡਿਜ਼ਾਇਰੇਬਲ ਗੋਲਸ ਨੂੰ ਪੂਰਾ ਕਰਨ ਲਈ ਬਣਾਏ ਗਏ ਹਨ, ਜਿਵੇਂ ਕਿ ਆਰਟ, ਕਲਚਰ ਅਤੇ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਅਤੇ ਹੋਰ ਸਮਾਜਿਕ ਅਤੇ ਦਾਨ ਪੁੰਨ ਵਾਲੇ ਕੰਮ। ਇਹ ਕੰਸਰਨ ਕਿਸੇ ਵੀ ਸਮਾਨ ਦੀ ਖਰੀਦਦਾਰੀ ਅਤੇ ਵੇਚਣ ਵਿੱਚ ਲੈਣ ਦੇਣ ਨਹੀਂ ਕਰਦੇ ਹਨ ਅਤੇ ਇਹ ਲਾਭ ਨਾ ਕਮਾਉਣ ਵਾਲੀਆਂ ਸੰਸਥਾਵਾਂ ਹਨ। ਬਾਟਲੀ ਬੋਏ ਦੇ ਅਨੁਸਾਰ, a non-profit organization is an organization established to meet some socially desirable goals and or to render services to its members without the aim of earning profits from its activities. Non-profit organization ajehi organization hai jo ke socially desirable goals nu pura karan layi ja ਆਪਣੇ ਕੰਮ ਕਰਨ ਦੇ ਤਰੀਕੇ ਰਾਹੀਂ ਲਾਭ ਨਾ ਕਮਾਉਣ ਦੇ ਮੰਤਵ ਨਾਲ ਆਪਣੇ ਮੈਂਬਰਸ ਨੂੰ ਸਰਵਿਸਿਜ਼ ਮੁਹੱਈਆ ਕਰਾਉਣ ਲਈ ਬਣਾਈ ਗਈ ਹੈ। ਨੋਨ ਟ੍ਰੇਡਿੰਗ ਕੰਸਰਨਸ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਹਨ। ਯੂਨਿਟਸ ਜੋ ਪ੍ਰੋਫਿਟ ਦੇ ਉਦੇਸ਼ ਨਾਲ ਸੰਬੰਧਿਤ ਹਨ, ਯੂਨਿਟਸ ਜੋ ਪ੍ਰੋਫਿਟ ਦੇ ਉਦੇਸ਼ ਨਾਲ ਸੰਬੰਧਿਤ ਨਹੀਂ ਹਨ ਉਸਨੂੰ ਅਸੀਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਕਹਿ ਸਕਦੇ ਹਾਂ। ਆਓ ਉਦਾਹਰਣ ਨਾਲ ਵੇਖੀਏ ਜੋ ਕਿ ਨੋਨ ਟ੍ਰੇਡਿੰਗ ਕੰਸਰਨ ਦੀਆਂ ਦੋ ਯੂਨਿਟਸ ਨਾਲ ਸੰਬੰਧਿਤ ਹਨ। ਐਸੀਆਂ ਯੂਨਿਟਸ ਜੋ ਪ੍ਰੋਫਿਟ ਕਮਾਉਣ ਦੇ ਉਦੇਸ਼ ਨਾਲ ਸੰਬੰਧ ਰੱਖਦੀਆਂ ਹਨ, ਪ੍ਰੋਫੈਸ਼ਨਲ ਅਦਾਰੇ ਹਨ ਜਿਵੇਂ ਕਿ ਚਾਰਟਰਡ ਅਕਾਊਂਟੈਂਟਸ, ਮੈਡੀਕਲ ਪ੍ਰੈਕਟੀਸ਼ਨਰਸ, ਐਡਵੋਕੇਟਸ, ਟੈਕਸ ਕੰਸਲਟੈਂਟਸ, ਆਰਕੀਟੈਕਟਸ ਆਦਿ। ਦੂਜੇ ਪਾਸੇ ਯੂਨਿਟਸ ਜੋ ਪ੍ਰੋਫਿਟ ਕਮਾਉਣ ਦੇ ਉਦੇਸ਼ ਨਾਲ ਸੰਬੰਧਿਤ ਨਹੀਂ ਹਨ, ਜਿਵੇਂ ਕਲੱਬਸ, ਚੈਰੀਟੇਬਲ ਹੋਸਪਿਟਲਸ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਰਿਲੀਜੀਅਸ ਬੋਡੀਜ਼, ਪਬਲਿਕ ਲਾਇਬ੍ਰੇਰੀਜ਼, ਸਪੋਰਟਸ ਇੰਸਟੀਟਿਊਸ਼ਨਸ, ਵੈਲਫੇਅਰ ਸੋਸਾਇਟੀਜ਼, ਲਿਟਰੇਰੀ ਸੋਸਾਇਟੀਜ਼, ਟ੍ਰੇਡ ਯੂਨੀਅਨਸ, ਪੋਲੀਟੀਕਲ ਪਾਰਟੀਜ਼ ਆਦਿ। ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਹੇਠਾਂ ਦਿੱਤੀਆਂ ਵਿਸ਼ੇਸ਼ਤਾਵਾਂ ਤੋਂ ਪਹਿਚਾਣ ਸਕਦੇ ਹਾਂ। ਸਮਾਜਿਕ ਸੰਸਥਾ ਯਾਨੀ ਸੋਸ਼ਲ ਆਰਗੇਨਾਈਜੇਸ਼ਨ, ਸਰਵਿਸ ਮੋਟਿਵ, ਫੰਡਸ ਦੇ ਆਧਾਰ 'ਤੇ ਫਾਈਨੈਂਸ, ਨੋਨ ਪ੍ਰੋਫਿਟ ਅਰਨਿੰਗ ਓਬਜੈਕਟਿਵ ਅਤੇ ਅਕਾਊਂਟਸ। ਸਮਾਜਿਕ ਸੰਸਥਾ ਯਾਨੀ ਸੋਸ਼ਲ ਆਰਗੇਨਾਈਜੇਸ਼ਨ, ਇਹ ਆਰਗੇਨਾਈਜੇਸ਼ਨਸ ਸੋਸ਼ਲ ਗੋਲਸ ਨੂੰ ਪੂਰਾ ਕਰਨ ਲਈ ਬਣਾਈਆਂ ਗਈਆਂ ਹਨ, ਜਿਵੇਂ ਕਿ ਗਰੀਬਾਂ ਦੀ ਮਦਦ ਕਰਨੀ, ਲੋੜਵੰਦ ਲੋਕਾਂ ਨੂੰ ਵਿਦਿਆ ਦੇਣੀ। ਸਰਵਿਸ ਮੋਟਿਵ, ਇਹ ਸੰਸਥਾਵਾਂ ਸੋਸਾਇਟੀ ਨੂੰ ਜਾਂ ਇਸ ਦੇ ਮੈਂਬਰਸ ਨੂੰ ਸੇਵਾ ਦਿੰਦੀਆਂ ਹਨ। ਫੰਡਸ ਦੇ ਆਧਾਰ 'ਤੇ ਫਾਈਨੈਂਸ, ਆਰਗੇਨਾਈਜੇਸ਼ਨ ਦੇ ਕੰਮ ਨੂੰ ਚਲਾਉਣ ਵਾਸਤੇ ਫੰਡਸ ਨੂੰ ਡੋਨੇਸ਼ਨ, ਸਬਸਕ੍ਰਿਪਸ਼ਨਸ, ਐਂਟਰੀ ਫੀਸ, ਮੈਂਬਰਸ਼ਿਪ ਫੀਸ ਆਦਿ ਦੀ ਮਦਦ ਨਾਲ ਰੇਸ ਕੀਤਾ ਜਾਂਦਾ ਹੈ। ਨੋਨ ਪ੍ਰੋਫਿਟ ਅਰਨਿੰਗ ਓਬਜੈਕਟਿਵ, ਇਸ ਦਾ ਪ੍ਰਮੁੱਖ ਮੰਤਵ ਹੈ ਬਿਨਾਂ ਕਿਸੇ ਲਾਭ ਦੇ ਉਦੇਸ਼ ਨਾਲ ਆਰਟ, ਸਾਇੰਸ, ਕਲਚਰ, ਰਿਲੀਜਨ ਅਤੇ ਕਾਮਰਸ ਆਦਿ ਨੂੰ ਪ੍ਰੋਤਸਾਹਿਤ ਕਰਨਾ। ਜੇਕਰ ਕੋਈ ਬੱਚਤ ਬਾਕੀ ਰਹਿ ਜਾਂਦੀ ਹੈ ਤਾਂ ਆਰਗੇਨਾਈਜੇਸ਼ਨ ਇਸ ਦਾ ਧਿਆਨ ਰੱਖਦੀ ਹੈ ਅਤੇ ਇਸ ਨੂੰ ਮੈਂਬਰਸ ਵਿੱਚ ਨਹੀਂ ਵੰਡਦੀ। ਅਕਾਊਂਟਸ, ਫਾਈਨਲ ਅਕਾਊਂਟਸ, ਰਿਸਿਪਟਸ ਅਤੇ ਪੇਮੈਂਟਸ ਅਕਾਊਂਟ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਅਤੇ ਬੈਲੈਂਸ ਸ਼ੀਟ ਨਾਲ ਬਣਦਾ ਹੈ। ਹੁਣ ਅਸੀਂ
non-profit organization de accounting system bare padhange. Jadon ke is organization da mukh uddesh labh kamana nahi hai, fir vi oh accounts banaun ton nahi bach sakde. Is layi oh heth dittiyan de layi accounts sahi tarike naal bana ke rakhan. Receipt, payment, incomes, expenses, assets acquired, liabilities. ਇਹ ਇਸ ਲਈ ਹੈ ਕਿਉਂਕਿ ਜਿਹੜੇ ਲੋਕ ਇਹਨਾਂ ਇੰਸਟੀਟਿਊਸ਼ਨਸ ਨੂੰ ਡੋਨੇਸ਼ਨ ਕਰਦੇ ਹਨ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਪੈਸਾ ਸਹੀ ਰੂਪ ਵਿੱਚ ਉਪਯੋਗ ਹੋ ਰਿਹਾ ਹੈ ਜਾਂ ਨਹੀਂ ਇਹਨਾਂ ਰਿਕਾਰਡਸ ਨੂੰ ਮੇਨਟੇਨ ਕਰਨ ਲਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਤਿੰਨ ਫਾਈਨੈਂਸ਼ੀਅਲ ਸਟੇਟਮੈਂਟਸ ਬਣਾਈਆਂ ਹਨ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਬੈਲੈਂਸ ਸ਼ੀਟ ਆਓ ਹੁਣ ਅਸੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਅਤੇ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ ਵਿੱਚ ਅੰਤਰ ਬਾਰੇ ਜਾਣਕਾਰੀ ਹਾਸਲ ਕਰੀਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਮੁੱਖ ਉਦੇਸ਼ ਲਾਭ ਕਮਾਉਣਾ ਨਹੀਂ ਹੈ ਬਲਕਿ ਇਸ ਦੇ ਮੈਂਬਰਸ ਅਤੇ ਸੁਸਾਇਟੀ ਨੂੰ ਸੇਵਾ ਦੇਣਾ ਹੈ ਜਦੋਂ ਕਿ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ ਦਾ ਮੁੱਖ ਉਦੇਸ਼ ਲਾਭ ਕਮਾਉਣਾ ਹੈ ਨਾਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨਸ ਦੀਆਂ ਐਕਟੀਵਿਟੀਜ਼ ਦੇ ਆਖਰੀ ਨਤੀਜੇ ਨੂੰ ਸਰਪਲਸ ਜਾਂ ਡੈਫਿਸਿਟ ਕਿਹਾ ਜਾਂਦਾ ਹੈ ਜਦਕਿ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ ਦੇ ਆਖਰੀ ਨਤੀਜੇ ਨੂੰ ਪ੍ਰੋਫਿਟ ਜਾਂ ਲੌਸ ਕਿਹਾ ਜਾਂਦਾ ਹੈ ਨਾਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨਸ ਦੇ ਫਾਈਨਲ ਅਕਾਊਂਟ ਵਿੱਚ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਅਤੇ ਬੈਲੈਂਸ ਸ਼ੀਟ ਹੁੰਦੀ ਹੈ ਜਦਕਿ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ ਦੇ ਫਾਈਨਲ ਅਕਾਊਂਟ ਵਿੱਚ ਮੈਨੂਫੈਕਚਰਿੰਗ ਅਕਾਊਂਟ ਟ੍ਰੇਡਿੰਗ ਅਤੇ ਪ੍ਰੋਫਿਟ ਐਂਡ ਲੌਸ ਅਕਾਊਂਟ ਅਤੇ ਬੈਲੈਂਸ ਸ਼ੀਟ ਹੁੰਦੀ ਹੈ ਨਾਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਫੰਡ ਡੋਨੇਸ਼ਨ ਮੈਂਬਰਸ਼ਿਪ ਫੀਸ ਐਂਟਰੈਂਸ ਫੀਸ ਸਰਪਲਸ ਆਦਿ ਨਾਲ ਵਧਦੇ ਹਨ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨ ਦੇ ਕਿਸੇ ਫੰਡ ਵਿੱਚ ਇਕੱਠਾ ਕੀਤੇ ਹੋਏ ਪ੍ਰੋਫਿਟ ਅਤੇ ਪ੍ਰੋਪਰਾਈਟਰ ਵੱਲੋਂ ਹਿੱਸੇਦਾਰੀ ਨਾਲ ਬਣਦੇ ਹਨ ਨਾਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨ ਵੱਲੋਂ ਬਣਾਈ ਗਈ ਪਹਿਲੀ ਫਾਈਨੈਂਸ਼ੀਅਲ ਸਟੇਟਮੈਂਟ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਹਨ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਾਂ ਨਾਨ ਟ੍ਰੇਡਿੰਗ ਕੰਸਰਨ ਦੇ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਇੱਕ ਟ੍ਰੇਡਿੰਗ ਕੰਸਰਨ ਦੀ ਕੈਸ਼ ਬੁੱਕ ਜਾਂ ਕੈਸ਼ ਅਕਾਊਂਟ ਵਰਗੇ ਹੁੰਦੇ ਹਨ ਕੈਸ਼ ਬੁੱਕ ਵਿੱਚ ਕਿਸੇ ਵਿਅਕਤੀ ਦੀ ਰੋਜ਼ਾਨਾ ਹੋਣ ਵਾਲੀ ਕੈਸ਼ ਦੀਆਂ ਟ੍ਰਾਂਜੈਕਸ਼ਨਸ ਲਿਖੀਆਂ ਜਾਣਗੀਆਂ ਜੋ ਕਿ ਤਰੀਕ ਅਨੁਸਾਰ ਹੋਣਗੀਆਂ ਜਦੋਂ ਕਿ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਅਲੱਗ ਅਲੱਗ ਹੈਡਸ ਥੱਲੇ ਕੈਸ਼ ਬੁੱਕ ਦੀਆਂ ਸਾਰੀਆਂ ਟ੍ਰਾਂਜੈਕਸ਼ਨਸ ਵਿਖਾਉਂਦਾ ਹੈ ਇਸ ਲਈ ਇਸ ਤੋਂ ਇਹ ਨਿਚੋੜ ਨਿਕਲਦਾ ਹੈ ਕਿ ਕੈਸ਼ ਬੁੱਕ ਡੇਲੀ ਰਿਕਾਰਡ ਲਈ ਲਿਖੀ ਜਾਂਦੀ ਹੈ ਅਤੇ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਕੈਸ਼ ਟ੍ਰਾਂਜੈਕਸ਼ਨ ਦੀ ਪੂਰੇ ਸਾਲ ਦੀ ਵਿਆਖਿਆ ਹੈ ਜੋ ਕਿ ਪੂਰੇ ਸਾਲ ਵਿੱਚ ਹੁੰਦੀ ਹੈ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਇੱਕ ਰੀਅਲ ਅਕਾਊਂਟ ਹੈ ਇਸ ਦਾ ਮੰਤਵ ਕੈਸ਼ ਅਤੇ ਬੈਂਕ ਦਾ ਕਲੋਜ਼ਿੰਗ ਬੈਲੈਂਸ ਕੱਢਣਾ ਅਤੇ ਇੱਕ ਨਿਰਧਾਰਿਤ ਸਮੇਂ ਰਿਸਿਪਟਸ ਅਤੇ ਪੇਮੈਂਟ ਨਾਲ ਸੰਬੰਧਿਤ ਅਕਾਊਂਟਸ ਨੂੰ ਅਲੱਗ ਅਲੱਗ ਹੈਡਸ ਦੇ ਥੱਲੇ ਵਿਖਾਉਣਾ ਹੈ ਜਦੋਂ ਕਿ ਇਹ ਕੈਸ਼ ਨਾਲ ਸੰਬੰਧਿਤ ਨਾ ਰੱਖਣ ਵਾਲੇ ਖਰਚੇ ਅਤੇ ਕਮਾਈ ਨੂੰ ਰਿਕਾਰਡ ਨਹੀਂ ਕਰਦਾ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਦੀਆਂ ਵਿਸ਼ੇਸ਼ਤਾਵਾਂ ਨੂੰ ਰੀਕਾਲ ਕਰੀਏ ਜੋ ਹੈ ਇਹ ਕੈਸ਼ ਬੁੱਕ ਦਾ ਸੰਖੇਪ ਹੈ ਕਿਉਂਕਿ ਸਾਰੀਆਂ ਕੈਸ਼ ਰਿਸਿਪਟਸ ਖਾਤੇ ਦੇ ਡੈਬਿਟ ਵਾਲੇ ਪਾਸੇ ਲਿਖੀਆਂ ਜਾਂਦੀਆਂ ਹਨ
ਚਾਹੇ ਹੋ ਕੈਪੀਟਲ ਹੋਵੇ ਜਾਂ ਰੈਵੀਨਿਊ। ਇਸੀ ਤਰ੍ਹਾਂ ਸਾਰੀਆਂ ਪੇਮੈਂਟਸ ਇਸ ਖਾਤੇ ਦੇ ਕ੍ਰੈਡਿਟ ਵਾਲੇ ਪਾਸੇ ਵਿਖਾਇਆ ਜਾਂਦਾ ਹੈ, ਚਾਹੇ ਉਹ ਕੈਪੀਟਲ ਹੋਵੇ ਜਾਂ ਰੈਵੀਨਿਊ। ਇਹ ਕੈਸ਼ ਅਤੇ ਬੈਂਕ ਦੇ ਓਪਨਿੰਗ ਬੈਲੈਂਸ ਨਾਲ ਸ਼ੁਰੂ ਹੁੰਦੀ ਹੈ। ਕੈਸ਼ ਅਤੇ ਬੈਂਕ ਟਰਮ ਇੱਕ ਕਾਲਮ ਵਿੱਚ ਇਕੱਠੀਆਂ ਮਿਲਾ ਦਿੱਤੀਆਂ ਜਾਂਦੀਆਂ ਹਨ। ਕੈਸ਼ ਅਤੇ ਚੈੱਕ ਦੀਆਂ ਰਿਸਿਪਟਸ ਡੈਬਿਟ ਵਾਲੇ ਪਾਸੇ ਇੱਕ ਕਾਲਮ ਵਿੱਚ ਲਿਖੀ ਜਾਂਦੀ ਹੈ ਅਤੇ ਕੈਸ਼ ਅਤੇ ਚੈੱਕ ਰਾਹੀਂ ਪੇਮੈਂਟਸ ਕ੍ਰੈਡਿਟ ਵਾਲੇ ਪਾਸੇ ਇੱਕ ਕਾਲਮ ਵਿੱਚ ਲਿਖੀਆਂ ਜਾਂਦੀਆਂ ਹਨ। ਕੈਸ਼ ਅਤੇ ਬੈਂਕ ਦੀਆਂ ਕੌਂਟਰਾ ਐਂਟਰੀਜ਼ ਹਟਾ ਦਿੱਤੀਆਂ ਜਾਂਦੀਆਂ ਹਨ। ਇੱਕ ਅਕਾਊਂਟਿੰਗ ਸਮੇਂ ਲਈ ਉਸਦੀ ਸਾਰੀਆਂ ਐਕਚੁਅਲ ਰਿਸਿਪਟਸ ਅਤੇ ਪੇਮੈਂਟਸ ਲਿਖੀਆਂ ਜਾਂਦੀਆਂ ਹਨ, ਚਾਹੇ ਉਹ ਇਸ ਸਾਲ ਜਾਂ ਪਿਛਲੇ ਸਾਲ ਜਾਂ ਅਗਲੇ ਸਾਲ ਨਾਲ ਸੰਬੰਧਿਤ ਹੋਣ। ਇਹ ਅਕਾਊਂਟਿੰਗ ਦੇ ਕੈਸ਼ ਸੰਬੰਧਿਤ ਸਿਸਟਮ ਅਨੁਸਾਰ ਬਣਾਈ ਜਾਂਦੀ ਹੈ। ਇਸ ਲਈ ਕੈਸ਼ ਨਾਲ ਸੰਬੰਧ ਨਾ ਰੱਖਣ ਵਾਲੀਆਂ ਚੀਜ਼ਾਂ ਜਿਵੇਂ ਕਿ ਡੈਪਰੀਸੀਏਸ਼ਨ, ਆਊਟਸਟੈਂਡਿੰਗ ਐਕਸਪੈਂਸ, ਇਨਕਮ ਆਦਿ ਇਸ ਅਕਾਊਂਟ ਵਿੱਚ ਨਹੀਂ ਲਈ ਜਾਂਦੀ। ਇਸ ਖਾਤੇ ਵਿੱਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਂਦਾ। ਜਦੋਂ ਕਿ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਬਣਾਉਣ ਵਿੱਚ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਕਿਸੇ ਸਮੇਂ ਲਈ ਅਲੱਗ ਅਲੱਗ ਹੈਡਸ ਦੇ ਥੱਲੇ ਅਸੀਂ ਰਿਸਿਪਟਸ ਅਤੇ ਪੇਮੈਂਟਸ ਨੂੰ ਵੇਖ ਸਕਦੇ ਹਾਂ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਦੀ ਮਦਦ ਨਾਲ ਅਸੀਂ ਬੜੀ ਆਸਾਨੀ ਨਾਲ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਬਣਾ ਸਕਦੇ ਹਾਂ। ਪਰ ਇਸ ਅਕਾਊਂਟ ਨੂੰ ਬਣਾਉਣ ਵਿੱਚ ਕਈ ਕਮੀਆਂ ਵੇਖੀਆਂ ਗਈਆਂ ਹਨ। ਕਿਉਂਕਿ ਇਹ ਖਾਤਾ ਅਕਾਊਂਟਿੰਗ ਦੇ ਕੈਸ਼ ਦੇ ਆਧਾਰ ਤੇ ਤਿਆਰ ਕੀਤਾ ਜਾਂਦਾ ਹੈ, ਇਸ ਖਾਤੇ ਵਿੱਚ ਨੋਨ ਕੈਸ਼ ਖਰਚੇ ਜਾਂ ਆਮਦਨੀ ਜਿਵੇਂ ਕਿ ਡੈਪਰੀਸੀਏਸ਼ਨ, ਆਊਟਸਟੈਂਡਿੰਗ ਐਕਸਪੈਂਸ, ਇਨਕਮ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ। ਇਹ ਸਿਰਫ ਚਾਲੂ ਸਾਲ ਦੇ ਹੀ ਐਕਸਪੈਂਸਿਸ ਅਤੇ ਇਨਕਮਸ ਦਾ ਰਿਕਾਰਡ ਨਹੀਂ ਰੱਖਦਾ, ਬਲਕਿ ਬੀਤੇ ਅਤੇ ਆਉਣ ਵਾਲੇ ਸਾਲ ਦਾ ਰਿਕਾਰਡ ਵੀ ਰੱਖਦਾ ਹੈ। ਰੈਵੀਨਿਊ ਅਤੇ ਕੈਪੀਟਲ ਰਿਸਿਪਟਸ ਅਤੇ ਪੇਮੈਂਟ ਦੋਵੇਂ ਇੱਕ ਸਾਲ ਵਿੱਚ ਇਕੱਠੇ ਲਿਖੇ ਜਾਂਦੇ ਹਨ ਅਤੇ ਇਸ ਲਈ ਇਹ ਆਰਗੇਨਾਈਜੇਸ਼ਨ ਦੇ ਕੰਮ ਕਰਨ ਦੇ ਤਰੀਕੇ ਦੇ ਨਤੀਜੇ ਨੂੰ ਨਹੀਂ ਵਿਖਾਉਂਦਾ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਡਬਲ ਐਂਟਰੀ ਸਿਸਟਮ ਦਾ ਹਿੱਸਾ ਨਹੀਂ ਹੁੰਦਾ, ਕਿਉਂਕਿ ਲਿਖਤ ਇਸ ਨਾਲ ਸੰਬੰਧਿਤ ਅਕਾਊਂਟ ਵਿੱਚ ਨਹੀਂ ਹੁੰਦੀ। ਸਿਰਫ ਇਸ ਅਕਾਊਂਟ ਤੋਂ ਬੈਲੈਂਸ ਸ਼ੀਟ ਤਿਆਰ ਨਹੀਂ ਕੀਤੀ ਜਾਂਦੀ। ਨੋਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨ ਦੁਆਰਾ ਬਣਾਈ ਗਈ ਦੂਜੀ ਖਾਸ ਫਾਈਨੈਂਸ਼ੀਅਲ ਸਟੇਟਮੈਂਟ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਹੈ। ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਸਾਲ ਵਿੱਚ ਹੋਣ ਵਾਲੀ ਸਾਰੀ ਇਨਕਮਸ ਅਤੇ ਐਕਸਪੈਂਸਿਸ ਦਾ ਰਿਕਾਰਡ ਰੱਖਦਾ ਹੈ। ਇਹ ਮੈਚਿੰਗ ਪ੍ਰਿੰਸੀਪਲ ਦੇ ਅਨੁਸਾਰ ਚੱਲਦਾ ਹੈ, ਜਿਸ ਵਿੱਚ ਇੱਕ ਸਮੇਂ ਦੇ ਐਕਸਪੈਂਸਿਸ ਅਤੇ ਇਨਕਮਸ ਨੂੰ ਮੈਚ ਕੀਤਾ ਜਾਂਦਾ ਹੈ। ਕ੍ਰੈਡਿਟ ਵਾਲੇ ਪਾਸੇ ਦਾ ਜੋੜ ਡੈਬਿਟ ਵਾਲੇ ਪਾਸੇ ਤੋਂ ਵੱਧ ਹੁੰਦਾ ਹੈ ਤਾਂ ਇਸ ਨੂੰ ਸਰਪਲਸ ਆਖਦੇ ਹਨ, ਅਤੇ ਜੇਕਰ ਡੈਬਿਟ ਵਾਲੇ ਪਾਸੇ ਦਾ ਜੋੜ ਕ੍ਰੈਡਿਟ ਵਾਲੇ ਪਾਸੇ ਤੋਂ ਘੱਟ ਹੁੰਦਾ ਹੈ ਤਾਂ ਇਸ ਨੂੰ ਡੈਫਿਸਿਟ ਆਖਦੇ ਹਨ। ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਦੀਆਂ ਵਿਸ਼ੇਸ਼ਤਾਵਾਂ। ਇਹ ਟ੍ਰੇਡਿੰਗ ਕੰਸਰਨ ਦੇ ਪ੍ਰੋਫਿਟ ਅਤੇ ਲੋਸ ਅਕਾਊਂਟ ਵਾਂਗ ਹੁੰਦਾ ਹੈ। ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਇੱਕ ਨੋਮੀਨਲ ਅਕਾਊਂਟ ਹੁੰਦਾ ਹੈ ਜੋ ਕਿ ਅਕਾਊਂਟਿੰਗ ਅਵਧੀ ਦੇ ਆਖਿਰ ਵਿੱਚ ਬਣਾਇਆ ਜਾਂਦਾ ਹੈ ਤਾਂ ਕਿ ਉਸ ਅਵਧੀ ਦੇ ਸਰਪਲਸ ਅਤੇ ਡੈਫਿਸਿਟ ਦਾ ਪਤਾ ਲਗਾਇਆ ਜਾ ਸਕੇ। ਇਸ ਅਕਾਊਂਟ ਦੇ ਸਾਰੇ ਖਰਚੇ ਡੈਬਿਟ ਵਾਲੇ ਪਾਸੇ ਵਿਖਾਏ ਜਾਂਦੇ ਹਨ ਅਤੇ ਸਾਰੀਆਂ ਇਨਕਮਸ ਕ੍ਰੈਡਿਟ ਵਾਲੇ ਪਾਸੇ। ਇਹ ਐਕਿਊਰਲ ਬੇਸਿਸ ਦੇ ਆਧਾਰ 'ਤੇ ਬਣਾਏ ਜਾਂਦੇ ਹਨ। ਇਸ ਦਾ ਅਰਥ ਹੈ ਕਿ ਸਾਰੀ ਇਨਕਮਸ ਜਿਹੜੀ ਦਿੱਤੇ ਹੋਏ ਸਮੇਂ ਨਾਲ ਸੰਬੰਧਿਤ ਹਨ
ਨੂੰ ਲੈਣਾ ਪੈਂਦਾ ਹੈ, ਚਾਹੇ ਉਹ ਮਿਲੀਆਂ ਹੋਣ ਜਾਂ ਨਾ। ਇਸੇ ਤਰ੍ਹਾਂ ਇਹ ਉਸ ਸਮੇਂ ਨਾਲ ਸੰਬੰਧਿਤ ਸਾਰੇ ਖਰਚਿਆਂ ਨੂੰ ਵੀ ਲੈਂਦਾ ਹੈ, ਚਾਹੇ ਉਹ ਦਿੱਤੇ ਹੋਣ ਜਾਂ ਨਾ। ਇਹ ਇੱਕ ਨੋਮੀਨਲ ਅਕਾਊਂਟ ਹੈ। ਇਹ ਸਿਰਫ ਆਮਦਨੀ ਵਾਲੀ ਕਿਸਮ ਦੀਆਂ ਚੀਜ਼ਾਂ ਦੇ ਰਿਕਾਰਡ ਨੂੰ ਰੱਖਦਾ ਹੈ। ਕੈਪੀਟਲ ਰਿਸਿਪਟ ਅਤੇ ਕੈਪੀਟਲ ਪੇਮੈਂਟ ਦੇ ਰਿਕਾਰਡ ਇਸ ਵਿੱਚ ਨਹੀਂ ਰੱਖੇ ਜਾਂਦੇ। ਇਹ ਖਰਚੇ ਅਤੇ ਆਮਦਨੀ ਦੇ ਉਹ ਚੀਜ਼ਾਂ ਦੇ ਰਿਕਾਰਡ ਨਹੀਂ ਰੱਖਦਾ ਜਿਹੜੇ ਚਾਲੂ ਸਮੇਂ ਦੇ ਨਾਲ ਸੰਬੰਧਿਤ ਨਾ ਹੋਣ। ਇਹ ਨੋਨ ਕੈਸ਼ ਚੀਜ਼ਾਂ ਦੇ ਰਿਕਾਰਡ ਵੀ ਰੱਖਦਾ ਹੈ, ਜਿਵੇਂ ਕਿ ਡਿਪਰੀਸੀਏਸ਼ਨ, ਬੈਡ ਡੈਟਸ, ਐਕਸਪੈਂਸਿਸ ਪੇਏਬਲ ਅਤੇ ਅਕਾਊਂਟਿੰਗ ਸਮੇਂ ਮਿਲੀ ਹੋਈ ਆਮਦਨੀ। ਜੇਕਰ ਕ੍ਰੈਡਿਟ ਵਾਲਾ ਪਾਸਾ ਡੈਬਿਟ ਵਾਲੇ ਪਾਸੇ ਤੋਂ ਵੱਧ ਹੋਵੇ ਤਾਂ ਨਤੀਜਾ ਸਰਪਲਸ ਹੁੰਦਾ ਹੈ, ਜਿਸ ਨੂੰ ਖਰਚਿਆਂ ਉੱਤੇ ਆਮਦਨੀ ਦਾ ਵਾਧਾ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੇ ਐਕਸਪੈਂਡੀਚਰ ਵਾਲਾ ਪਾਸਾ ਇਨਕਮ ਵਾਲੇ ਪਾਸੇ ਤੋਂ ਵੱਧ ਜਾਂਦਾ ਹੈ ਤਾਂ ਇਸ ਦੇ ਨਤੀਜੇ ਨੂੰ ਡੈਫਿਸਿਟ ਕਿਹਾ ਜਾਂਦਾ ਹੈ। ਇਸ ਨੂੰ ਆਮਦਨੀ ਉੱਤੇ ਖਰਚਿਆਂ ਦਾ ਵਾਧਾ ਵੀ ਕਿਹਾ ਜਾਂਦਾ ਹੈ। ਆਓ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਅਤੇ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਦਾ ਫਰਕ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵੇਖੀਏ। ਅਕਾਊਂਟ ਦੇ ਨੇਚਰ ਦੇ ਆਧਾਰ ਤੇ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਨੂੰ ਰੀਅਲ ਅਕਾਊਂਟ ਵੀ ਕਿਹਾ ਜਾਂਦਾ ਹੈ, ਜਦਕਿ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਨੂੰ ਨੋਮੀਨਲ ਅਕਾਊਂਟ ਕਿਹਾ ਜਾਂਦਾ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਕੈਸ਼ ਬੁੱਕ ਵਾਂਗ ਹੁੰਦੇ ਹਨ, ਜਦਕਿ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਟ੍ਰੇਡਿੰਗ ਕੰਸਰਨ ਦੇ ਪ੍ਰੋਫਿਟ ਅਤੇ ਲੌਸ ਅਕਾਊਂਟ ਵਾਂਗ ਹੁੰਦੇ ਹਨ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਦੇ ਡੈਬਿਟ ਵਾਲੇ ਪਾਸੇ ਰਿਸਿਪਟਸ ਨੂੰ ਲਿਖਿਆ ਜਾਂਦਾ ਹੈ ਅਤੇ ਕ੍ਰੈਡਿਟ ਵਾਲੇ ਪਾਸੇ ਪੇਮੈਂਟਸ ਨੂੰ, ਜਦਕਿ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਦੇ ਡੈਬਿਟ ਪਾਸੇ ਖਰਚਿਆਂ ਨੂੰ ਅਤੇ ਕ੍ਰੈਡਿਟ ਪਾਸੇ ਆਮਦਨੀ ਨੂੰ ਲਿਖਿਆ ਜਾਂਦਾ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਵਿੱਚ ਪੂੰਜੀ ਅਤੇ ਇਨਕਮ ਦੀ ਚੀਜ਼ਾਂ ਦੇ ਰਿਕਾਰਡ ਰੱਖੇ ਜਾਂਦੇ ਹਨ, ਪਰ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਵਿੱਚ ਸਿਰਫ ਉਹ ਚੀਜ਼ਾਂ ਦੇ ਰਿਕਾਰਡ ਰੱਖੇ ਜਾਂਦੇ ਹਨ ਜਿਹੜੀਆਂ ਆਮਦਨੀ ਵਾਲੀ ਨੇਚਰ ਦੀਆਂ ਹੁੰਦੀਆਂ ਹਨ। ਆਊਟਸਟੈਂਡਿੰਗ ਆਈਟਮ ਦੇ ਕੇਸ ਵਿੱਚ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਹੋਣ ਵਾਲੇ ਐਕਸਪੈਂਸਿਸ ਅਤੇ ਇਨਕਮਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਅਤੇ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਹੋਣ ਵਾਲੇ ਐਕਸਪੈਂਸਿਸ ਅਤੇ ਇਨਕਮਸ ਨੂੰ ਰਿਕਾਰਡ ਕਰਦਾ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਵਿੱਚ ਪ੍ਰੀਪੇਡ ਐਕਸਪੈਂਸਿਸ ਅਤੇ ਐਡਵਾਂਸ ਵਿੱਚ ਆਈ ਇਨਕਮ ਨੂੰ ਰਿਕਾਰਡ ਕੀਤਾ ਜਾਂਦਾ ਹੈ, ਜਦਕਿ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਇਹਨਾਂ ਨੂੰ ਐਕਸਕਲੂਡ ਕਰਦਾ ਹੈ। ਪੀਰੀਅਡ ਆਫ ਆਈਟਮਸ ਦੇ ਆਧਾਰ ਤੇ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਇੱਕ ਚਾਲੂ ਸਾਲ ਦੇ ਦੌਰਾਨ ਮਿਲੀਆਂ ਜਾਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਇੰਕਲੂਡ ਕਰਦਾ ਹੈ, ਚਾਹੇ ਉਹ ਪਿਛਲੇ, ਹੁਣ ਵਾਲੇ ਜਾਂ ਆਉਣ ਵਾਲੇ ਸਾਲ ਨਾਲ ਸੰਬੰਧਿਤ ਹੋਣ। ਦੂਜੇ ਪਾਸੇ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਸਿਰਫ ਚਾਲੂ ਸਮੇਂ ਦੇ ਨਾਲ ਸੰਬੰਧਿਤ ਇਨਕਮ ਅਤੇ ਐਕਸਪੈਂਡੀਚਰ ਨੂੰ ਲਿਖਦਾ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਵਿੱਚ ਨੋਨ ਕੈਸ਼ ਆਈਟਮਸ ਜਿਵੇਂ ਕਿ ਡਿਪਰੀਸੀਏਸ਼ਨ ਨੂੰ ਨਹੀਂ ਲਿੱਤਾ ਜਾਂਦਾ, ਜਦਕਿ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਵਿੱਚ ਇਸ ਤਰ੍ਹਾਂ ਨਹੀਂ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਕੈਸ਼ ਇਨ ਹੈਂਡ ਅਤੇ ਕੈਸ਼ ਐਟ ਬੈਂਕ ਨਾਲ ਸ਼ੁਰੂ ਹੁੰਦੇ ਹਨ, ਪਰ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਓਪਨਿੰਗ ਬੈਲੈਂਸ ਨਾਲ ਸ਼ੁਰੂ ਨਹੀਂ ਹੁੰਦੇ। ਰਿਸਿਪਟਸ
ਅਤੇ ਪੇਮੈਂਟਸ ਅਕਾਊਂਟ ਆਮ ਤੌਰ 'ਤੇ ਡੈਬਿਟ ਬੈਲੈਂਸ ਵਿਖਾਉਂਦਾ ਹੈ। ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਡੈਬਿਟ ਜਾਂ ਕ੍ਰੈਡਿਟ ਬੈਲੈਂਸ ਵਿਖਾ ਸਕਦਾ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਵਿੱਚ ਕਲੋਜ਼ਿੰਗ ਬੈਲੈਂਸ, ਕੈਸ਼ ਇਨ ਹੈਂਡ ਅਤੇ ਕੈਸ਼ ਐਟ ਬੈਂਕ ਨੂੰ ਦਰਸਾਉਂਦਾ ਹੈ ਅਤੇ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਵਿੱਚ ਕਲੋਜ਼ਿੰਗ ਬੈਲੈਂਸ ਸਰਪਲਸ ਜਾਂ ਡੈਫਿਸਿਟ ਨੂੰ ਦਰਸਾਉਂਦਾ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਵਿੱਚ ਕਲੋਜ਼ਿੰਗ ਬੈਲੈਂਸ ਨੂੰ ਅਗਲੇ ਸਾਲ ਵਾਸਤੇ ਕੈਰੀ ਫੋਰਵਰਡ ਕਰ ਦਿੱਤਾ ਜਾਂਦਾ ਹੈ। ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਵਿੱਚ ਕਲੋਜ਼ਿੰਗ ਬੈਲੈਂਸ ਨੂੰ ਕੈਪੀਟਲ ਫੰਡ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ। ਰਿਸਿਪਟਸ ਅਤੇ ਪੇਮੈਂਟ ਅਕਾਊਂਟ ਵਿੱਚ ਬੈਲੈਂਸ ਸ਼ੀਟ ਬਣਾਉਣਾ ਜ਼ਰੂਰੀ ਨਹੀਂ ਹੈ, ਪਰ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਵਿੱਚ ਬੈਲੈਂਸ ਸ਼ੀਟ ਬਣਾਉਣਾ ਜ਼ਰੂਰੀ ਹੈ। ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ ਦੀ ਆਖਰੀ ਫਾਈਨੈਂਸ਼ੀਅਲ ਸਟੇਟਮੈਂਟ ਬੈਲੈਂਸ ਸ਼ੀਟ ਨੂੰ ਅਕਾਊਂਟਿੰਗ ਈਅਰ ਦੇ ਅਖੀਰ ਵਿੱਚ ਤਿਆਰ ਕੀਤਾ ਜਾਂਦਾ ਹੈ। ਨੋਨ ਪ੍ਰੋਫਿਟ ਕੰਸਰਨ ਦੀ ਬੈਲੈਂਸ ਸ਼ੀਟ ਯੂਜੂਅਲ ਸਟੈਂਡਰਡਸ ਦੇ ਆਧਾਰ 'ਤੇ ਹੁੰਦੀ ਹੈ। ਕੈਪੀਟਲ ਫੰਡ ਨੋਨ ਟ੍ਰੇਡਿੰਗ ਆਰਗਨਾਈਜੇਸ਼ਨ ਦੀ ਕੁੱਲ ਸੰਪਤੀ ਨੂੰ ਦਰਸਾਉਂਦਾ ਹੈ। ਪੂਰੇ ਸਾਲ ਦਾ ਸਰਪਲਸ ਕੈਪੀਟਲ ਫੰਡ ਵਿੱਚ ਜੋੜਿਆ ਜਾਂਦਾ ਹੈ ਜਾਂ ਕਮੀ ਨੂੰ ਇਸ ਵਿੱਚੋਂ ਘਟਾਇਆ ਜਾਂਦਾ ਹੈ। ਇਹ ਅਕਾਊਂਟਿੰਗ ਪੀਰੀਅਡ ਦੇ ਅਖੀਰ ਵਿੱਚ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਨੂੰ ਤਿਆਰ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ। ਲਾਇਬਿਲਿਟੀ ਨੂੰ ਖੱਬੇ ਹੱਥ ਵਾਲੇ ਪਾਸੇ ਰੱਖਿਆ ਜਾਂਦਾ ਹੈ ਅਤੇ ਅਸੈਟ ਨੂੰ ਸੱਜੇ ਪਾਸੇ। ਟ੍ਰੇਡਿੰਗ ਕੰਸਰਨ ਵਿੱਚ ਅਸੈਟ ਦਾ ਲਾਇਬਿਲਿਟੀ 'ਤੇ ਵਾਧੇ ਨੂੰ ਕੈਪੀਟਲ ਆਖਦੇ ਹਨ ਅਤੇ ਨੋਨ ਪ੍ਰੋਫਿਟ ਆਰਗਨਾਈਜੇਸ਼ਨ ਵਿੱਚ ਜੋ ਕਿ ਇੱਕ ਨੋਨ ਟ੍ਰੇਡਿੰਗ ਕੰਸਰਨ ਵਾਂਗ ਹੈ, ਕੁੱਲ ਅਸੈਟ ਦਾ ਲਾਇਬਿਲਿਟੀ ਤੋਂ ਵਾਧੇ ਨੂੰ ਕੈਪੀਟਲ ਫੰਡ ਆਖਦੇ ਹਨ। ਕੈਪੀਟਲ ਫੰਡ ਦੇ ਨਾਲ ਇੱਥੇ ਹੋਰ ਵੀ ਫੰਡ ਹਨ ਜੋ ਕਿ ਕਿਸੇ ਖਾਸ ਕੰਮ ਵਾਸਤੇ ਬਣਾਏ ਗਏ ਹਨ। ਉਦਾਹਰਣ ਲਈ ਸਪੋਰਟਸ ਫੰਡ, ਪ੍ਰਾਈਜ਼ ਫੰਡ ਆਦਿ ਜੋ ਬੈਲੈਂਸ ਸ਼ੀਟ ਦੇ ਖੱਬੇ ਪਾਸੇ ਆਉਂਦੇ ਹਨ। ਆਓ ਰਿਸਿਪਟ ਅਤੇ ਇਨਕਮ ਵਿੱਚ ਫਰਕ ਵੇਖੀਏ। ਰਿਸਿਪਟ ਅਤੇ ਇਨਕਮ ਦੋ ਵੱਖਰੇ ਟਰਮਸ ਹਨ। ਰਿਸਿਪਟ ਚਾਲੂ ਸਾਲ ਵਿੱਚ ਲਿੱਤੇ ਹੋਏ ਕੈਸ਼ ਦਾ ਜੋੜ ਹੁੰਦਾ ਹੈ, ਜਦਕਿ ਇਨਕਮ ਚਾਲੂ ਸਾਲ ਵਿੱਚ ਕਮਾਈ ਹੋਈ ਆਮਦਨੀ ਹੈ, ਚਾਹੇ ਉਹ ਮਿਲੀ ਹੋਵੇ ਜਾਂ ਨਹੀਂ। ਰਿਸਿਪਟ ਇੱਕ ਕੈਪੀਟਲ ਰਿਸਿਪਟ ਜਾਂ ਰੈਵੀਨਿਊ ਰਿਸਿਪਟ ਹੋ ਸਕਦੀ ਹੈ। ਕੈਪੀਟਲ ਰਿਸਿਪਟ ਲਾਇਬਿਲਿਟੀ ਹੋ ਸਕਦੀ ਹੈ, ਜਿਵੇਂ ਕਿ ਐਂਟਰੈਂਸ ਫੀ ਆਦਿ, ਜਾਂ ਕੁੱਲ ਸੰਪਤੀ ਵਿੱਚੋਂ ਕਮੀ, ਜਿਵੇਂ ਕਿਸੇ ਪੂੰਜੀ ਦੀ ਵਿਕਰੀ, ਜਦਕਿ ਇਨਕਮ ਸਿਰਫ ਰੈਵੀਨਿਊ ਦੀ ਟਰਮ ਹੈ ਜੋ ਕਿ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਵਿੱਚ ਲਿਖੀ ਜਾਂਦੀ ਹੈ। ਰਿਸਿਪਟ ਸਾਲ ਵਿੱਚ ਲਿਆ ਹੋਇਆ ਅਮਾਊਂਟ ਹੁੰਦਾ ਹੈ, ਚਾਹੇ ਉਹ ਪਿਛਲੇ, ਹੁਣ ਵਾਲੇ ਜਾਂ ਆਉਣ ਵਾਲੇ ਸਾਲ ਨਾਲ ਸੰਬੰਧਿਤ ਹੋਵੇ। ਦੂਜੇ ਪਾਸੇ ਇਨਕਮ ਸਾਲ ਵਿੱਚ ਆਉਣ ਵਾਲਾ ਜਾਂ ਆਇਆ ਹੋਇਆ ਅਮਾਊਂਟ ਹੁੰਦਾ ਹੈ। ਰਿਸਿਪਟ ਕੈਸ਼ ਜਾਂ ਚੈੱਕਸ ਵਿੱਚ ਆਉਂਦਾ ਹੈ। ਇਨਕਮ ਦੂਜੇ ਪਾਸੇ ਸਾਲ ਵਿੱਚ ਕੈਸ਼ ਅਤੇ ਨੋਨ ਕੈਸ਼ ਵਿੱਚ ਹੋਣ ਵਾਲੀ ਕਮਾਈ ਹੈ। ਰਿਸਿਪਟ ਦਾ ਨਤੀਜਾ ਅਸੈਟ ਨੂੰ ਘਟਾਉਣ, ਲਾਇਬਿਲਿਟੀ ਵਧਾਉਣਾ ਜਾਂ ਇਨਕਮ ਵਧਾਉਣਾ ਹੋ ਸਕਦਾ ਹੈ। ਇਨਕਮ ਸਿਰਫ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਦੀ ਆਈਟਮ ਹੈ। ਕੋਈ ਵੀ ਲਿਆ ਗਿਆ ਕੈਸ਼ ਰਿਸਿਪਟ ਕਹਿਲਾਉਂਦਾ ਹੈ, ਪਰ ਹਰ ਲਿਆ ਗਿਆ ਕੈਸ਼ ਇਨਕਮ ਹੋ ਵੀ ਸਕਦੀ ਹੈ ਅਤੇ ਨਹੀਂ ਵੀ।
ਰਿਸਿਪਟ ਨੂੰ ਕੈਸ਼ ਬੁੱਕ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਦੇ ਡੈਬਿਟ ਵਾਲੇ ਪਾਸੇ ਲਿਖਿਆ ਜਾਂਦਾ ਹੈ, ਜਦਕਿ ਇਨਕਮ ਨੂੰ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਦੇ ਕ੍ਰੈਡਿਟ ਵਾਲੇ ਪਾਸੇ ਲਿਖਿਆ ਜਾਂਦਾ ਹੈ। ਰਿਸਿਪਟ ਅਤੇ ਇਨਕਮ ਦੇ ਫਰਕ ਨੂੰ ਇਸ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ। ਮੰਨ ਲਵੋ ਇੱਥੇ ਇੱਕ ਸੋਸਾਇਟੀ ਵਿੱਚ 200 ਮੈਂਬਰਸ ਹਨ ਅਤੇ ਹਰ ਕੋਈ ਇਸ ਦੇ ਲਈ 10 ਰੁਪਏ ਸਾਲਾਨਾ ਦਿੰਦੇ ਹਨ ਅਤੇ 10 ਮੈਂਬਰਸ ਨੇ ਸਬਸਕ੍ਰਿਪਸ਼ਨ ਦੇ ਲਈ ਪੈਸੇ ਨਹੀਂ ਦਿੱਤੇ। ਇੱਥੇ ਕਿਸੇ ਵਿੱਚ ਇਨਕਮ ਬਰਾਬਰ ਹੈ 2000 ਰੁਪਏ, ਜੋ ਕਿ ਹੈ 200 ਗੁਣਾ 10 ਅਤੇ ਕੁੱਲ ਰਿਸਿਪਟਸ ਹਨ 1900 ਰੁਪਏ, ਜੋ ਕਿ 190 ਗੁਣਾ 10। ਇਸ ਲਈ ਇੱਥੇ ਐਕਰੂਡ ਸਬਸਕ੍ਰਿਪਸ਼ਨ ਨਹੀਂ ਹੈ, ਭਾਵ ਸਬਸਕ੍ਰਿਪਸ਼ਨ ਪੂਰੀ ਇਕੱਠੀ ਕੀਤੀ ਜਾਂਦੀ ਹੈ। ਰਿਸਿਪਟ ਅਤੇ ਇਨਕਮ ਦੋਵੇਂ ਬਰਾਬਰ ਹੁੰਦੀਆਂ ਹਨ, ਜੋ ਹੈ 2000 ਰੁਪਏ। ਇਸ ਲਈ ਰਿਸਿਪਟ ਅਤੇ ਇਨਕਮ ਬਰਾਬਰ ਵੀ ਹੋ ਸਕਦੀ ਹੈ ਅਤੇ ਨਹੀਂ ਵੀ। ਇਸ ਤਰ੍ਹਾਂ ਅਸੀਂ ਪੇਮੈਂਟ ਐਕਸਪੈਂਡੀਚਰ ਵਿੱਚ ਵੀ ਫਰਕ ਕੱਟ ਸਕਦੇ ਹਾਂ। ਪੇਮੈਂਟ ਪੂਰੇ ਸਾਲ ਵਿੱਚ ਦਿੱਤਾ ਗਿਆ ਕੈਸ਼ ਹੁੰਦਾ ਹੈ, ਚਾਹੇ ਉਹ ਪਿਛਲੇ ਸਾਲ, ਇਸ ਸਾਲ ਜਾਂ ਆਉਣ ਵਾਲੇ ਸਾਲ ਨਾਲ ਸੰਬੰਧਿਤ ਹੋਵੇ। ਦੂਜੇ ਪਾਸੇ ਐਕਸਪੈਂਡੀਚਰ ਸਿਰਫ ਚਾਲੂ ਸਾਲ ਵਿੱਚ ਕੀਤੇ ਗਏ ਖਰਚੇ ਹੁੰਦੇ ਹਨ। ਪੇਮੈਂਟ ਕੈਪੀਟਲ ਪੇਮੈਂਟ ਜਾਂ ਰੈਵੀਨਿਊ ਪੇਮੈਂਟ ਹੋ ਸਕਦੀ ਹੈ। ਕੈਪੀਟਲ ਪੇਮੈਂਟ ਅਸੈਟ ਵਿੱਚ ਵਾਧਾ ਹੋ ਸਕਦਾ ਹੈ, ਜਿਵੇਂ ਕਿ ਫਰਨੀਚਰ ਜਾਂ ਇਮਾਰਤ ਦੀ ਖਰੀਦ ਆਦਿ, ਜਾਂ ਲਾਇਬਿਲਿਟੀ ਵਿੱਚ ਰਿਡਕਸ਼ਨ, ਜਿਵੇਂ ਕਿ ਬੈਂਕ ਲੋਨ ਦਾ ਭੁਗਤਾਨ। ਜਦਕਿ ਐਕਸਪੈਂਡੀਚਰ ਸਿਰਫ ਰੈਵੀਨਿਊ ਦੀ ਆਈਟਮ ਹੁੰਦੀ ਹੈ ਅਤੇ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਵਿੱਚ ਲਿਖੀ ਜਾਂਦੀ ਹੈ। ਪੇਮੈਂਟ ਸਾਲ ਵਿੱਚ ਦਿੱਤੇ ਜਾਣ ਵਾਲਾ ਅਮਾਊਂਟ ਹੈ ਜੋ ਬੀਤੇ ਹੋਏ, ਚੱਲ ਰਹੇ ਜਾਂ ਆਉਣ ਵਾਲੇ ਸਾਲ ਨਾਲ ਸੰਬੰਧਿਤ ਹੁੰਦਾ ਹੈ। ਦੂਜੇ ਪਾਸੇ ਐਕਸਪੈਂਡੀਚਰ ਇੱਕ ਸਾਲ ਵਿੱਚ ਦਿੱਤਾ ਗਿਆ ਜਾਂ ਦੇਣ ਵਾਲਾ ਅਮਾਊਂਟ ਹੁੰਦਾ ਹੈ। ਪੇਮੈਂਟ ਕੈਸ਼ ਜਾਂ ਚੈੱਕਸ ਦੁਆਰਾ ਦਿੱਤੀ ਗਈ ਅਦਾਇਗੀ ਹੈ। ਐਕਸਪੈਂਡੀਚਰ ਦੂਜੇ ਪਾਸੇ ਸਾਲ ਵਿੱਚ ਕੀਤੇ ਗਏ ਖਰਚੇ ਹਨ ਜੋ ਕੈਸ਼ ਜਾਂ ਨੋਨ ਕੈਸ਼ ਨਾਲ ਸੰਬੰਧ ਰੱਖਦੇ ਹਨ। ਪੇਮੈਂਟ ਦਾ ਨਤੀਜਾ ਅਸੈਟ ਨੂੰ ਵਧਾਉਣਾ, ਲਾਇਬਿਲਿਟੀ ਜਾਂ ਖਰਚੇ ਨੂੰ ਘਟਾਉਣਾ ਹੋ ਸਕਦਾ ਹੈ। ਐਕਸਪੈਂਡੀਚਰ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਦੀ ਆਈਟਮ ਹੈ। ਕੋਈ ਵੀ ਦਿੱਤਾ ਗਿਆ ਕੈਸ਼ ਪੇਮੈਂਟ ਹੁੰਦਾ ਹੈ, ਪਰ ਕੋਈ ਵੀ ਦਿੱਤਾ ਗਿਆ ਕੈਸ਼ ਐਕਸਪੈਂਸਿਸ ਵੀ ਹੋ ਸਕਦਾ ਹੈ ਅਤੇ ਨਹੀਂ ਵੀ। ਪੇਮੈਂਟ ਨੂੰ ਕੈਸ਼ ਬੁੱਕ ਜਾਂ ਰਿਸਿਪਟਸ ਅਤੇ ਪੇਮੈਂਟ ਅਕਾਊਂਟ ਵਿੱਚ ਕ੍ਰੈਡਿਟ ਵਾਲੇ ਪਾਸੇ ਲਿਖਦੇ ਹਨ, ਜਦਕਿ ਐਕਸਪੈਂਸਿਸ ਨੂੰ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਦੇ ਡੈਬਿਟ ਵਾਲੇ ਪਾਸੇ। ਆਓ ਪੇਮੈਂਟ ਅਤੇ ਐਕਸਪੈਂਡੀਚਰ ਵਿੱਚ ਫਰਕ ਸਮਝਣ ਲਈ ਇੱਕ ਉਦਾਹਰਣ ਦੇਖੀਏ। ਮੰਨ ਲਓ ਇੱਕ ਕਲਰਕ ਦੀ ਤਨਖਾਹ 1000 ਰੁਪਏ ਮਹੀਨਾ ਹੈ, ਪਰ ਉਸ ਦੀ ਦਸੰਬਰ ਮਹੀਨੇ ਦੀ ਤਨਖਾਹ ਅਜੇ ਬਕਾਇਆ ਹੈ। ਇਸ ਕੇਸ ਵਿੱਚ ਐਕਸਪੈਂਡੀਚਰ ਬਰਾਬਰ ਹੈ 12000 ਅਤੇ ਪੇਮੈਂਟ ਬਰਾਬਰ ਹੈ 11000 ਦੇ। ਜੇ ਇਸ ਵਿੱਚ ਕੋਈ ਬਕਾਇਆ ਤਨਖਾਹ ਨਹੀਂ ਹੁੰਦੀ, ਭਾਵ ਕਿ ਤਨਖਾਹ ਪੂਰੀ ਮਿਲਦੀ ਹੈ, ਤਾਂ ਐਕਸਪੈਂਡੀਚਰ ਅਤੇ ਪੇਮੈਂਟ ਦੋਵੇਂ ਹੀ ਬਰਾਬਰ ਹੁੰਦੇ ਹਨ, ਜੋ ਹੈ ਰੁਪਏ 12000 ਦੇ। ਇਸ ਲਈ ਐਕਸਪੈਂਡੀਚਰ ਅਤੇ ਪੇਮੈਂਟ
ਦੋਵੇਂ ਬਰਾਬਰ ਹੋ ਵੀ ਸਕਦੇ ਹਨ ਅਤੇ ਨਹੀਂ ਵੀ। ਇਸ ਐਪੀਸੋਡ ਵਿੱਚ ਅਸੀਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਬਾਰੇ ਜਾਣਿਆ ਹੈ ਅਤੇ ਇਸ ਆਰਗੇਨਾਈਜੇਸ਼ਨ ਦੇ ਅਕਾਊਂਟਸ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਐਪੀਸੋਡ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।